निपुण भारत मिशन FLN संबंधी ब्लाक दे तीन सेंटर स्कूल मुखियां दी हुई मीटिंग। सिख्या विभाग दिया हदायतां दे अनुसार आज ब्लाक कीरतपुर साहिब दे दो सेंटर कीरतपुर साहिब अते मस्सेवाल दे स्कूल मुखियां दी मीटिंग BPO दफ्तर जियोवाल कीरतपुर साहिब विखे कीती गई। इस मौके ब्लाक प्राइमरी सिख्या अफसर इंद्रपाल सिंह अते BMT सुनील सैनी वालों आन स्पॉट टेस्टिंग दे डाटे मिशन 100% पंजवी जमात दी परी बोर्ड परीक्षा दी तैयारी नवे दाखले निपुण भारत ते FLN दे टीचे बारे अध्यापकां नाल डाटा सांझा कीता गया। चंगी मैगजीन बनाउण वाले स्कूल मुखियां नूं सर्टिफिकेट दे के सन्मानित कीता गया। राज पदरी स्कूल खेडा विच भाग लैण वाले बच्चियां नूं वी सर्टिफिकेट दे के सन्मानित कीता गया। ਇਹ ਮੈਗਜ਼ੀਨ ਸੀਗੇ 6 ਮੈਗਜ਼ੀਨ ਜਿਹੜੇ ਸਾਡੇ ਕੋਲ ਉਹਨਾਂ ਦਾ ਮੈਗਜ਼ੀਨ ਰੋਸ਼ਨੀ ਬਲੌਕ ਦੇ ਦਰਜਾਸਾਨ ਸਰਕਾਰੀ ਪ੍ਰਾਇਮਰੀ ਸਕੂਲ GOR ਸੈਂਟਰ ਕੀਰਤਪੁਰ ਸਾਹਿਬ ਦਾ ਇਹਨਾਂ ਦਾ ਮੈਗਜ਼ੀਨ ਉਡਾਰੀਆਂ ਸੈਂਟਰ ਪੱਧਰ ਦੇ ਦੂਜਾ ਸਾਹ ਬਲੌਕ ਪੱਧਰ ਦੇ ਸੋਰੀ ਸੈਕਿੰਡ ਨੈਕਸਟ ਹੈਗਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ਸਾਨੀ ਫਿਰ ਤੋਂ ਖਿੜਿਆ ਗੁਲਾਬ ਇਹ ਬਲੌਕ ਪੱਧਰ ਦਾ ਸਾਡਾ ਪਹਿਲੇ ਸਥਾਨ ਤੇ इस तो अलावा साढ़े जिहड़ियां स्टेट दियां गेम्स होईयां सी सरकारी प्राइमरी स्कूल गजपुर तों ਜਗਵੀਰ ਸਿੰਘ ਲਾਰਡ ਦਬੋੜ ਤੋਂ ਇਹ ਉਹੀ ਹੈ ਇਹਦੇ ਕੀ ਬੇਸ ਲਾਈਨ ਦੇ ਸਟੈਪਸ ਬਈ ਮਤਲਬ ਥੱਲੇ ਤੋਂ ਲੈ ਕੇ ਪਹਿਲੇ ਸਟੈਪ ਤੋਂ ਲੈ ਕੇ 6ਵੇਂ ਤੱਕ ਚੱਲੇ ਹੋਏ ਆ। ਇੱਕ ਕੁਐਸਚਨ ਹੈ CCE ਜਿਹੜਾ ਯੂ ਡਾਈਸ ਤੇ ਹੈਗਾ ਹੈ ਪਰ ਸਾਡੇ ਚੱਲ ਨਹੀਂ ਰਿਹਾ ਉੱਥੇ ਯੈਸ ਭਰਨਾ ਕਿ ਨੋ CCE ਚੱਲ ਰਿਹਾ CCS ਹੈ ਇਹ ਨਹੀਂ ਚੱਲ ਰਿਹਾ CCE ਕਿੰਨੀ ਵਾਰ ਦੇ ਵੀ ਉਹ ਦੋ ਇਵੈਲੂਏਸ਼ਨ ਦੋ ਵਾਰ CCE ਦੇ ਆਪਾਂ ਨੰਬਰ ਭਰਦੇ ਨਾ ਹੁਣ ਵੀ ਆਣਾ CCE ਦੇ ਨੰਬਰ ਵੀ ਉਹ ਵੀ ਆਪਾਂ ਨੂੰ ਦੱਸੂਗੇ ਕੈਲਕੂਲੇਟ ਕਰਕੇ ਵੀ ਵਿੱਚ ਤੇ ਅਸੀਂ ਉਹਦੇ ਬੱਚੇ ਨੂੰ ਦੇਖ ਕੇ ਲਗਾ ਦਿੰਦੇ ਆ ਵੀ 15 ਨੰਬਰ 18 ਨੰਬਰ ਇਦਾਂ ਨਹੀਂ ਉਹਦੀ ਕੈਲਕੂਲੇਸ਼ਨ ਹੈ ਪੂਰੀ ਇੱਕ ਵਾਰ ਪਰਫਾਰਮਾ ਵੀ ਤੁਹਾਨੂੰ ਥੋੜਾ ਐਡਿਟ ਹੋਣਾ ਹੈ ਆ ਸਕਦੇ ਬੱਚੇ ਦੀ ਹਾਂਜੀ ਕਿ ਬੱਚੇ ਮਨ ਨੂੰ ਡਿਜ਼ਰਵ ਕਰਦਾ ਵੀ ਫੁੱਲ ਆ ਸਕਦੇ ਆ ਹਾਂ ਉਹ ਮਤਲਬ ਕੈਲਕੂਲੇਟ ਕੀਤੇ ਵੀ ਉਹਦੇ ਵਿੱਚ ਅਲੱਗ ਅਲੱਗ ਪਾਰਟੀਸ਼ਨ ਬਣਾਏ ਵੀ ਉਹਦੇ ਵਿੱਚ 5 ਨੰਬਰ ਬੀਸੀ ਦੇ ਦੇਣੇ ਆਪਣੇ ਵਿੱਚ ਸ਼ੁਰੂਆਤ ਵਿੱਚ ਵਿਦਿਆ ਪ੍ਰਵੇਸ਼ ਜਿਹੜੀ ਮੈਡਿਊਲ ਆ ਉਹ ਲਾਂਚ ਹੋਇਆ ਸੀਗਾ ਵਿਦਿਆ ਪ੍ਰਵੇਸ਼ ਦੇ ਬਾਰੇ ਆਪਾਂ ਨੇ ਚਲਾਇਆ ਸੀਗਾ ਪਹਿਲੀ ਜਮਾਤ ਲਈ ਇਹਦੇ ਵਾਸਤੇ ਸਾਡੇ ਕੋਲ ਇੱਕ ਮੈਨੂਅਲ ਵੀ ਆਇਆ ਹੋਇਆ ਹੈ ਵਿਦਿਆ ਪ੍ਰਵੇਸ਼ ਮੈਨੂਅਲ ਦੇਖਿਆ ਹੋਣਾ ਸਾਰਿਆਂ ਨੇ ਸਕੂਲਾਂ ਨੇ ਉਸ ਤੋਂ ਬਾਅਦ ਸਾਰੇ ਅਧਿਆਪਕਾਂ ਦੀ ਇੱਕ ਅਧਿਕਾਰੀਆਂ ਸਹਿਬਾਨ ਦੀ ਕਪੈਸਿਟੀ ਬਿਲਡਿੰਗ ਹੋਈ ਹੈ ਨੈਸ਼ਨਲ ਐਜੂਕੇਸ਼ਨ ਪਾਲਿਸੀ ਅਤੇ ਨੈਸ਼ਨਲ ਮਿਸ਼ਨ ਜਿਹੜਾ ਹੈਗਾ ਉਹਦੇ ਰਿਗਾਰਡਿੰਗ ਫਾਊਂਡੇਸ਼ਨ ਲਿਟਰੇਸੀ ਐਂਡ ਨਿਊਮਰੇਸੀ ਇਹਦੇ FLN ਦੇ ਟੀਚਿਆਂ ਦੇ ਅਕੋਰਡਿੰਗ ਸਾਰਿਆਂ ਦੀ ਅਧਿਕਾਰੀਆਂ ਤੋਂ ਲੈ ਕੇ ਥੱਲੇ ਅਧਿਆਪਕਾਂ ਤੱਕ ਦੀ ਸਾਰਿਆਂ ਦੀ ਸੈਮੀਨਾਰ ਟ੍ਰੇਨਿੰਗ ਜਿਹੜੀ ਹੈਗੀ ਉਹ ਲੱਗੀ ਹੈ
ਲੇਕਿਨ ਸਹਾਇਕ ਸਮੱਗਰੀ ਦੀ ਵਰਤੋਂ ਕਿਵੇਂ ਕਰਨੀ ਹੈ ਇਹਨਾਂ ਬਾਰੇ ਤੁਹਾਨੂੰ ਸਾਰਿਆਂ ਨੂੰ ਸੈਮੀਨਾਰਾਂ ਦੌਰਾਨ ਦੱਸਿਆ ਹੈ ਅਤੇ ਨਵੇਂ ਭਰਤੀ ਅਧਿਆਪਕਾਂ ਦੀ ਇੰਡਕਸ਼ਨ ਟ੍ਰੇਨਿੰਗ ਇਹ ਹੋਈ ਹੈ। ਜਿਹੜਾ ਸਕੂਲ ਚਲਾ ਰਹੇ ਹਾਂ ਦੋਨੋਂ ਹਸਬੈਂਡ ਵਾਈਫ ਉਸੇ ਤਰੀਕੇ ਨਾਲ ਅਸੀਂ ਵੀ ਜਿਹੜਾ ਹੈਗਾ ਉਹ ਚਲਾਈਏ ਆਪਣੇ ਸਕੂਲ ਚਲਾਈਏ। ਧੰਨਵਾਦ ਜੀ ਸਾਰਿਆਂ ਦਾ, ਜਿਹੜੀ ਆ ਪਲੀਜ਼ ਕੈਰੀ ਓਨ ਕਰੋ ਜੀ ਮੀਟਿੰਗ ਮੇਰੇ ਵੱਲੋਂ ਬਹੁਤ ਧੰਨਵਾਦ। ਹਾਂ ਸਰ ਰੱਖ ਲਿਓ। ਹਾਂਜੀ ਥੈਂਕ ਯੂ। ਬਾਕੀ ਤੁਸੀਂ ਚਲਾਓਗੇ ਥੋੜ੍ਹੀਆਂ ਵਾਹੇ ਹੈ ਨਾ ਬਾਅਦ 'ਚ ਕਰਨੀ ਨੂੰ ਸਰ ਜੀ ਕਰੋ ਸਾਰੇ ਨਾਲ ਚੱਲਣਾ। ਕਿਆ ਕਰੇ ਮੈਂ ਪਹਿਲੇ ਜੇ ਤੁਸੀਂ ਦੂਜੀ ਚਲਾ ਲਓਗੇ ਸਾਰੀ ਦੇਖ ਲਓ ਚਲੋ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਨੀਲ ਕੁਮਾਰ, ਬੀ ਐੱਮ ਪੀ ਕੀਰਤਪੁਰ ਸਾਹਿਬ। ਸਮੂਹ ਅਧਿਆਪਕਾਂ ਨੂੰ ਸਭ ਤੋਂ ਪਹਿਲਾਂ ਲੋਹੜੀ ਅਤੇ ਮੱਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਅੱਜ ਬਲੋਕ ਦਫ਼ਤਰ ਕੀਰਤਪੁਰ ਸਾਹਿਬ ਵਿਖੇ ਕਲੱਸਟਰ ਕੀਰਤਪੁਰ ਸਾਹਿਬ ਅਤੇ ਕਲੱਸਟਰ ਮੱਸੇਆਲ ਦੇ ਸਮੂਹ ਅਧਿਆਪਕਾਂ ਦੀ ਇੱਕ ਰੋਜ਼ਾ ਜਿਹੜੀ ਟ੍ਰੇਨਿੰਗ ਜਿਹੜੀ ਦਿੱਤੀ ਗਈ ਇਹਨਾਂ ਨੂੰ ਅੱਜ ਇਹਦੇ ਵਿੱਚ ਟ੍ਰੇਨਿੰਗ ਦੌਰਾਨ ਉਹਨਾਂ ਨੂੰ ਔਨ ਸਪੋਟ ਟੈਸਟਿੰਗ ਜਿਹੜੀ ਦਸੰਬਰ ਵਿੱਚ ਕੀਤੀ ਸੀਗੀ ਉਹਦਾ ਵਿਸ਼ਲੇਸ਼ਣ ਬਾਰੇ ਗੱਲਬਾਤ ਕੀਤੀ ਗਈ ਹੈ, ਉਹਦੇ ਕੀ ਨਤੀਜੇ ਆਏ ਹੈ ਅਤੇ ਅਗਲੀ ਸਾਡੀ ਕੀ ਪਲੈਨਿੰਗ ਹੈ ਉਹਦੇ ਬਾਰੇ ਵਿਸਤਾਰ ਨਾਲ ਜਿਹੜਾ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ। ਅਤੇ ਮਿਸ਼ਨ 100% ਅਤੇ ਪ੍ਰੀ ਬੋਰਡ ਦੀ ਪ੍ਰੀਖਿਆ, ਬੋਰਡ ਦੀ ਪ੍ਰੀਖਿਆ ਬਾਰੇ ਵਿਸਤਾਰ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਇਹਦੇ ਵਿੱਚ ਸਾਡੇ ਬਲੋਕ ਨੂੰ, ਜ਼ਿਲ੍ਹੇ ਨੂੰ ਅੱਗੇ ਲੈ ਕੇ ਜਾਣ ਦੇ ਬਾਰੇ ਜਿਹੜੇ ਹੈਗੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਗਈ, ਚਰਚਾ ਕੀਤੀ ਗਈ, ਉਹਨਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ। ਅਤੇ ਦਾਖਲਾ ਮੁਹਿੰਮ ਬਾਰੇ ਗੱਲਬਾਤ ਕੀਤੀ ਗਈ, ਦਾਖਲੇ ਕਿੰਨੇ ਦਾਖਲ ਹੋਏ ਆ ਉਹਨਾਂ ਦੀ ਰਿਪੋਰਟ ਵਗੈਰਾ ਲਈ ਗਈ ਹੈ ਅਤੇ ਅੱਗੇ ਹੋਰ ਦਾਖਲਾ ਮੁਹਿੰਮ ਨੂੰ ਤੇਜ਼ ਕਰਨ ਬਾਰੇ ਜਿਹੜੀ ਗੱਲਬਾਤ ਅਧਿਆਪਕਾਂ ਨਾਲ ਕੀਤੀ ਗਈ ਹੈ। ਅਤੇ ਪ੍ਰੀ ਪ੍ਰਾਇਮਰੀ ਦਾ ਅਵਲੋਕਨ ਜਿਹੜਾ ਕੀਤਾ ਗਿਆ ਹੈ ਉਹਦੇ ਬਾਰੇ ਚਰਚਾ ਕੀਤੀ ਗਈ। ਅਤੇ ਉਸ ਤੋਂ ਬਾਅਦ ਜਿਹੜੀਆਂ ਪ੍ਰੀ ਪ੍ਰਾਇਮਰੀ ਦੀਆਂ ਗਰਾਂਟਾਂ ਆਈਆਂ ਹੈ, ਵੈਸੇ ਤਾਂ ਲਗਭਗ ਕਾਫੀ ਸਕੂਲਾਂ ਨੇ ਖਰਚ ਕਰ ਲਈਆਂ, ਜਿਹੜੇ ਸਕੂਲ ਰਹਿ ਗਏ ਹੈ ਉਹਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਮੇਂ ਸਿਰ ਜਿਹੜੇ ਇਹਨਾਂ ਨੂੰ ਖਰਚ ਕਰ ਲੈਣ। ਅਤੇ ਨਿਪੁੰਨ ਭਾਰਤ ਐਫਐਨ ਦੇ ਜਿਹੜੇ ਟੀਚਿਆਂ ਬਾਰੇ ਜਿਹੜੇ ਵਿਸਤਾਰ ਨਾਲ ਅਧਿਆਪਕਾਂ ਨਾਲ ਚਰਚਾ ਕੀਤੀ ਗਈ। ਉਸ ਤੋਂ ਇਲਾਵਾ ਸਾਡੇ ਜਿਹੜੇ ਸਟੇਟ ਵਿੱਚ ਜਿਹੜੇ ਬੱਚੇ ਸਟੇਟ ਗੇਮਸ ਵਿੱਚ ਪਾਰਟੀਸਪੇਟ ਕੀਤਾ ਸੀਗਾ ਉਹਨਾਂ ਬੱਚਿਆਂ ਨੂੰ, ਉਹਨਾਂ ਦੇ ਅਧਿਆਪਕਾਂ ਨੂੰ ਜਿਹੜਾ ਹੈਗਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਸਾਡੇ ਬਲੋਕ ਦੇ ਜਿਹੜੇ ਹੈਗੇ ਬੈਸਟ 3 ਮੈਗਜ਼ੀਨ ਜਿਹੜੇ ਸਿਲੈਕਟ ਹੋਏ ਹੈ ਅਤੇ ਉਹਨਾਂ ਨੂੰ, ਅਧਿਆਪਕਾਂ ਨੂੰ, ਉਹਨਾਂ ਸਕੂਲਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਜੀ। ਧੰਨਵਾਦ।